ਹਾਲੇਲੂਇਆ 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 ਸੱਚੇ ਤੇ ਸਮਰਥੀ ਪਰਮੇਸ਼ੁਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ੁਰ ਜੀ। ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ੁਰ ਜੀ, ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾ ਬਾਪ ਇਸ ਯੋਗੇ ਸਮਝਿਆ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ। ਮੇਰੇ ਮਹਾਨ ਖੁਦਾ ਬਾਪ, ਅਸੀਂ ਸਭ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਕਿਰਪਾ ਦੇ ਨਾਲ ਸਾਨੂੰ ਸਭ ਨੂੰ ਖੁਦਾ ਬਾਪ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ, ਸ਼ਾਮਲ ਕੀਤਾ। ਸੱਚਮੁੱਚ ਪ੍ਰਭੂ ਤੁਸੀਂ ਅਤ ਮਹਾਨ ਪਰਮੇਸ਼ੁਰ ਹੋ ਮੇਰੇ ਜ਼ਿੰਦਾ ਪ੍ਰਭੂ। ਤੁਹਾਡੇ ਕੰਮ ਸਾਡਿਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ ਪ੍ਰਭੂ ਜੀ। ਤੁਸੀਂ ਦਇਆ ਦੇ ਸਾਗਰ ਹੋ ਖੁਦਾ ਬਾਪ। ਸੱਚਮੁੱਚ ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਹੈ ਪ੍ਰਭੂ ਜੀ। ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ, ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ। ਹਮੇਸ਼ਾ ਆਪਣੇ ਪਵਿੱਤਰ ਫਤਿਹਮੰਦ ਸਜੇ ਹੱਥ ਦੇ ਨਾਲ ਸਾਨੂੰ ਸੰਭਾਲ ਕੇ ਰੱਖਦੇ ਹੋ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕਰਦੇ ਹੋ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਸੱਚਮੁੱਚ ਤੁਹਾਡਾ ਪਵਿੱਤਰ ਪਾਕ ਕਲਾਮ ਸਾਡੇ ਲਈ ਬਿਆਨ ਕਰਦਾ ਹੈ ਕਿ ਖੁਦਾ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ। ਔਰ ਪਰਮੇਸ਼ੁਰ ਸੱਚਮੁੱਚ ਤੁਹਾਡਾ ਪ੍ਰੇਮ ਨਿਸਵਾਰਥ ਅਤੇ ਸੱਚਾ ਪ੍ਰੇਮ ਹੈ। ਸੱਚਮੁੱਚ ਖੁਦਾ ਬਾਪ, ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ ਪ੍ਰਭੂ ਜੀ। ਇਹ ਤੁਹਾਡਾ ਪ੍ਰੇਮ ਸੀ ਜੋ ਤੁਸੀਂ ਸਾਨੂੰ ਸਭ ਨੂੰ ਵੱਖ ਵੱਖ ਜਗ੍ਹਾਵਾਂ ਦੇ ਉੱਪਰੋਂ ਲੈ ਕੇ ਆਏ। ਇਸ ਪ੍ਰਾਰਥਨਾ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਮਲ ਕੀਤਾ, ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਸਾਨੂੰ ਦੇਣ ਦੇ ਲਈ, ਕਿਉਂ ਜੋ ਮੇਰੇ ਜ਼ਿੰਦਾ ਪਰਮੇਸ਼ੁਰ ਸੱਚਮੁੱਚ ਤੁਸੀਂ ਆਪਣੇ ਵਾਅਦਿਆਂ ਦੇ ਸੱਚੇ ਪਰਮੇਸ਼ੁਰ ਪ੍ਰਭੂ ਜੀ। ਜੋ ਵੀ ਵਾਅਦੇ ਤੁਸੀਂ ਆਪਣੇ ਪਵਿੱਤਰ ਪਾਕ ਕਲਾਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ, ਸੱਚਮੁੱਚ ਖੁਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਵਾਅਦੇ ਝੂਠੇ ਵਾਅਦੇ ਨੇ, ਉਹ ਵਾਅਦੇ ਸੱਚੇ ਵਾਅਦੇ ਹਨ। ਤੁਹਾਡੇ ਵਚਨ 'ਚ ਲਿਖਿਆ, ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਖੁਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਡਾ ਪਵਿੱਤਰ ਆਤਮਾ ਅੱਜ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ, ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ, ਕਿਉਂ ਜੋ ਮੇਰੇ ਜ਼ਿੰਦਾ ਪਰਮੇਸ਼ੁਰ ਤੁਸੀਂ ਦੂਰ ਦੇ ਨਹੀਂ, ਤੁਸੀਂ ਨੇੜੇ ਦੇ ਪਰਮੇਸ਼ੁਰ ਜੀ। ਖੁਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਕੇਵਲ ਤੁਹਾਨੂੰ ਹੀ ਪੁਕਾਰਨ। ਤੁਹਾਡੇ ਵਚਨ 'ਚ ਲਿਖਿਆ ਹੈ ਕਿ ਤੂੰ ਦੁੱਖ ਦੇ ਵੇਲੇ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਸੱਚਮੁੱਚ ਉੱਤਰ ਦੇਵਾਂਗਾ। ਖੁਦਾ ਜੋ ਦੁੱਖ ਦੇ ਵਿੱਚ ਤੁਹਾਨੂੰ ਪੁਕਾਰਦੇ ਹਨ, ਤੁਸੀਂ ਹਮੇਸ਼ਾ ਉਹਨਾਂ ਦੀ ਪ੍ਰਾਰਥਨਾ ਨੂੰ ਸੁਣ ਕੇ ਪੂਰੀਆਂ ਕਰਦੇ ਜੇ, ਕਿਉਂ ਜੋ ਤੁਸੀਂ ਕਿਹਾ ਹੈ ਕਿ ਮੈਂ ਦੁਖੀਏ ਦੇ ਦੁੱਖ ਨੂੰ ਕਦੇ ਤੁਸ਼ ਨਹੀਂ ਜਾਣਦਾ, ਨਾ ਉਹਨਾਂ ਦੇ ਜ਼ਖਮਾਂ ਤੋਂ ਕਿਣ ਕਰਦਾ ਹਾਂ। ਬਲਕਿ ਪਰਮੇਸ਼ੁਰ ਤੁਸੀਂ ਦੁਖੀਏ ਦੇ ਦੁੱਖ ਨੂੰ ਖੁਦਾ ਬਾਬ ਆਪਣੀ ਸਮਰਥਾ ਦੇ ਨਾਲ ਸੁੱਖ ਵਿੱਚ ਬਦਲ ਦਿੰਦੇ ਜੇ, ਉਹਨਾਂ ਦੇ ਜ਼ਖਮਾਂ ਤੋਂ ਉਹਨਾਂ ਨੂੰ ਚੰਗਿਆਈ ਦਿੰਦੇ ਜੇ, ਨਰੋਇਆ ਕਰਦੇ ਜੇ, ਕਿਉਂ ਜੋ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਅਤ ਮਹਾਨ ਪਰਮੇਸ਼ੁਰ ਜੀ। ਖੁਦਾ ਬਾਬ, ਮੈਂ ਤੁਹਾਡਾ ਦਿਲ ਤੋਂ
ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ, ਪਹਿਨਣ ਦੇ ਲਈ ਪ੍ਰਭੂ ਸਾਨੂੰ ਕੱਪੜੇ ਦਿੰਦੇ ਹੋ, ਸੁੰਦਰ ਸਾਹ ਦਿੰਦੇ ਹੋ ਖੁਦਾ ਬਾਪ, ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲਦੇ ਹਨ। ਔਰ ਪਰਮੇਸ਼ੁਰ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲੇ ਰੱਖਿਆ, ਔਰ ਪ੍ਰਭੂ ਸਾਡੇ ਪਰਿਵਾਰ ਨੂੰ ਵੀ ਸੰਭਾਲਿਆ, ਬੱਚਿਆਂ ਨੂੰ ਸੰਭਾਲਿਆ। ਪ੍ਰਭੂ ਜੀ, ਰਾਹਾਂ ਦੇ ਵਿੱਚ ਵੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਪਵਿੱਤਰ ਪਾਕ ਸਵਰਗ ਦੂਤਾਂ ਦੇ ਨਾਲ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕੀਤਾ। ਔਰ ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਤੁਸੀਂ ਰਾਤ ਭਰ ਵੀ ਸਾਨੂੰ ਸੰਭਾਲਿਆ, ਮਿੱਠੀ ਅਤੇ ਪਿਆਰੀ ਨੀਂਦ ਦੇ ਕੇ। ਔਰ ਪਰਮੇਸ਼ੁਰ ਜੀ, ਅੱਜ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਸਭ ਨੂੰ ਇਸ ਮਿੱਠੀ ਨੀਂਦ ਤੋਂ ਜਗਾਇਆ, ਇਸ ਪਵਿੱਤਰ ਪਾਕ ਦਿਨ ਨੂੰ ਦਿਖਾਇਆ ਪ੍ਰਭੂ, ਜਿਸ ਦੀ ਰਚਨਾ ਤੁਸੀਂ ਆਪਣੇ ਮਹਾਨ ਹੁਕਮਾਂ ਦੇ ਨਾਲ ਮਹਾਨ ਸ਼ਬਦਾਂ ਦੇ ਦੁਆਰਾ ਕੀਤੀ ਸੀ। ਤੁਹਾਡੇ ਵਚਨ 'ਚ ਲਿਖਿਆ ਧਰਤੀ ਬੇਡੋਲ ਸੀ, ਸੁੰਝੀ ਸੀ। ਸੱਚਮੁੱਚ ਪਰਮੇਸ਼ੁਰ, ਤੁਸੀਂ ਹੁਕਮ ਦਿੱਤਾ ਕਿ ਚਾਨਣ ਹੋ ਜਾਏ, ਧਰਤੀ ਦੇ ਉੱਪਰ ਚਾਨਣ ਹੋਇਆ, ਤੁਸੀਂ ਉਸ ਚਾਨਣ ਨੂੰ ਦੇਣ ਆਖਿਆ। ਔਰ ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਤੁਸੀਂ ਆਪਣੇ ਹੁਕਮਾਂ ਦੇ ਨਾਲ ਹੀ ਇਸ ਧਰਤੀ ਨੂੰ ਸਾਜਿਆ ਮੇਰੇ ਮਹਾਨ ਪਰਮੇਸ਼ੁਰ ਜੀ। ਇਸ ਧਰਤੀ ਦੇ ਉੱਪਰ ਦੇਖਣ ਵਾਲੀ ਹਰੇਕ ਜੀਵ, ਜੰਤੂ, ਪਕਸ਼ੀ, ਪੇੜ ਪਰਮੇਸ਼ੁਰ ਤੁਸੀਂ ਆਪਣੇ ਹੁਕਮਾਂ ਦੇ ਨਾਲ ਸਾਜੇ। ਔਰ ਮੇਰੇ ਮਹਾਨ ਪਰਮੇਸ਼ੁਰ, ਇਸ ਸਵੇਰ ਨੂੰ ਅਸੀਂ ਦੇਖ ਰਹੇ ਹਾਂ ਪਰਮੇਸ਼ੁਰ, ਤੁਹਾਡਾ ਹੁਕਮ ਅੱਜ ਵੀ ਪੂਰਾ ਹੋ ਰਿਹਾ ਹੈ। ਬਹੁਤ ਸਾਰੇ ਲੋਕ ਇਸ ਸੁੰਦਰ ਅਤੇ ਪਵਿੱਤਰ ਦਿਨ ਦਾ ਆਨੰਦ ਨਹੀਂ ਮਾਣ ਸਕੇ, ਪਰ ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਸੱਚਮੁੱਚ ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਕਿਰਪਾ ਨੂੰ ਸਾਡੇ ਉੱਪਰ ਪ੍ਰਗਟ ਕੀਤਾ ਸੀ। ਤੁਹਾਡਾ ਦਿਲ ਤੋਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ, ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧੀ ਹੈ, ਤੂੰ ਮੇਰੀ ਚਟਾਨ ਹੈ ਪ੍ਰਭੂ ਜੀ। ਤੁਸੀਂ ਸਾਡੇ ਮਸਤਕ ਨੂੰ ਹਮੇਸ਼ਾ ਉੱਚਿਆਂ ਕਰਦੇ ਹੋ, ਸਾਨੂੰ ਕਦੇ ਵੀ ਪੂਛ ਨਹੀਂ ਠਹਿਰਾਉਂਦੇ, ਸਿਰ ਠਹਿਰਾਉਂਦੇ ਜੇ। ਸਭ ਜਾਤੀਆਂ ਦੇ ਨਾਲੋਂ ਪ੍ਰਭੂ ਤੁਸੀਂ ਸਾਨੂੰ ਉੱਚਿਆਂ ਕਰਕੇ ਸਾਡੀ ਸ਼ਰਮਿੰਦਗੀ ਨੂੰ ਹਮੇਸ਼ਾ ਹਮੇਸ਼ਾ ਲਈ ਸਾਥੋਂ ਦੂਰ ਕਰਦੇ ਹੋ। ਸੱਚਮੁੱਚ ਖੁਦਾ ਬਾਪ, ਇਹਨਾਂ ਸ਼ਬਦਾਂ ਦੇ ਦੌਰਾਨ ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ ਜਾਂ ਜਿੰਨੀ ਵੀ ਵਡਿਆਈ ਕੀਤੀ ਜਾਵੇ ਪ੍ਰਭੂ ਜੀ, ਉਹ ਘੱਟ ਹੈ, ਪਰ ਤੁਹਾਡੀ ਦਇਆ, ਤੁਹਾਡੇ ਉਪਕਾਰ ਵਧੇਰੇ ਹਨ ਸਾਡਿਆਂ ਜੀਵਨਾਂ ਦੇ ਵਿੱਚ। ਪਰਮੇਸ਼ੁਰ, ਅਸੀਂ ਅੱਜ ਸਭ ਮਿਲ ਕੇ ਤੁਹਾਡੇ ਕੋਲੋਂ ਮਾਫ਼ੀ ਚਾਹੁੰਦੇ ਹਾਂ, ਅਗਰ ਬੀਤੇ ਸਮੇਂ 'ਚ ਅਸੀਂ ਤੁਹਾਡੇ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ, ਕੋਈ ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੋਈਏ ਪ੍ਰਭੂ, ਜਿਸ ਤੋਂ ਅਸੀਂ ਅਣਜਾਣ ਹੋਈਏ। ਤੁਹਾਡੇ ਵਚਨ 'ਚ ਲਿਖਿਆ, ਜੋ ਲੋਕ ਮੂੰਹ ਤੋਂ ਅੰਗੀਕਾਰ ਕਰਕੇ ਆਪਣੇ ਹਰੇਕ ਪਾਪ ਦਾ ਪਸ਼ਚਾਤਾਪ ਕਰ ਲੈਂਦੇ ਹਨ, ਬੁਰਿਆਈ ਨੂੰ ਛੱਡਦੇ ਹਨ, ਇਕਰਾਰ ਕਰਦੇ ਹਨ ਕਿ ਯੇਸ਼ੂ ਮੇਰੇ ਪ੍ਰਭੂ ਆ, ਉਹ ਮੇਰੇ ਲਈ ਧਰਤੀ ਦੇ ਉੱਪਰ ਆਏ, ਉਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਪ੍ਰਭੂ, ਤੁਸੀਂ ਸਾਡੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਪਰਮੇਸ਼ੁਰ। ਸੱਚਮੁੱਚ ਤੁਸੀਂ ਸਾਨੂੰ ਨਵਾਂ ਜੀਵਨ ਦੇਣ ਦੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਤੁਸੀਂ ਆਪਣੇ ਪਵਿੱਤਰ ਲਹੂ ਨੂੰ ਬਹਾਇਆ ਤਾਂ ਜੋ ਸਾਡੀਆਂ ਗਲਤੀਆਂ, ਗੁਨਾਹ ਮਾਫ਼ ਹੋ ਸਕਣ। ਔਰ ਪਰਮੇਸ਼ੁਰ, ਤੁਸੀਂ ਸਾਨੂੰ ਮਾਫ਼ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਨੂੰ ਇਹ ਨਵਾਂ ਜੀਵਨ ਦਿੱਤਾ, ਇਸ ਜੀਵਨ ਨੂੰ ਖੁਦਾ ਅਸੀਂ ਤੁਹਾਡੇ ਪਵਿੱਤਰ ਪਾਕ ਹੱਥਾਂ 'ਚ ਸੌਂਪਦੇ ਹਾਂ। ਔਰ ਪਰਮੇਸ਼ੁਰ, ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਕਦੇ ਵੀ ਉਸ ਪਾਪ ਦੀ ਗੁਲਾਮੀ 'ਚ ਨਾ ਜਾਈਏ ਜਿਸ ਗੁਲਾਮੀ 'ਚੋਂ ਪ੍ਰਭੂ ਤੁਸੀਂ ਸਾਨੂੰ ਕੱਢਿਆ ਹੈ। ਔਰ ਜੋ ਲੋਕ ਅਜੇ ਵੀ ਪਾਪ 'ਚ, ਨਸ਼ਿਆਂ 'ਚ, ਵਿਭਿਆਚਾਰੀ 'ਚ, ਬੁਰਿਆਈ 'ਚ ਡੁੱਬੇ ਹੋਏ ਹਨ, ਜਿਸ ਤਰ੍ਹਾਂ ਪਰਮੇਸ਼ੁਰ ਸੱਚਮੁੱਚ ਤੁਸੀਂ ਸਾਡੀ ਚੋਣ ਕੀਤੀ, ਸਾਨੂੰ ਚੁਣਿਆ, ਧਰਤੀ ਦੇ ਉੱਪਰ ਹਰੇਕ ਜਨ ਪਰਮੇਸ਼ੁਰ ਯਿਸੂ ਦੇ ਨਾਮ 'ਚ ਬਚਾਇਆ ਜਾਵੇ। ਔਰ ਪਰਮੇਸ਼ੁਰ ਸੱਚਮੁੱਚ ਤੁਸੀਂ ਹਰੇਕ ਜਨ ਨੂੰ ਬਚਾ ਚੁੱਕੇ ਜੇ।
ਔਰ ਖੁਦਾ ਬਾਪ ਅਸੀਂ ਜੀ ਸਭ ਮਿਲ ਕੇ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ। ਅੱਜ ਜੋ ਵੀ ਲੋਕ ਪੂਰੇ ਵਿਸ਼ਵਾਸ ਦੇ ਨਾਲ ਇੱਕ ਮਨ ਹੋ ਕੇ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਹੈ, ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਅੱਜ ਤੁਹਾਡਾ ਆਤਮਾ ਸੱਚਮੁੱਚ ਇਹਨਾਂ ਦੇ ਹਿਰਦਿਆਂ ਦੇ ਅੰਦਰ ਕੰਮ ਕਰੇ, ਪਰਮੇਸ਼ੁਰ ਸੱਚਮੁੱਚ ਇਹਨਾਂ ਦੇ ਅੰਦਰ ਤੁਹਾਡੇ ਆਤਮਿਕ ਵਚਨ ਕੰਮ ਕਰਨ, ਤਾਂ ਜੋ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਹਰ ਤਰ੍ਹਾਂ ਦੀ ਸ਼ੈਤਾਨੀ ਤਾਕਤ, ਸ਼ੈਤਾਨੀ ਬੰਧਨ ਖਤਮ ਹੋ ਜਾਣ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ, ਕਿਉਂ ਜੋ ਮੇਰੇ ਮਹਾਨ ਪਰਮੇਸ਼ੁਰ ਤੁਹਾਡੇ ਵਚਨ ਪਹਿਲਾ ਯਹੂੰਨਾ 3:8 ਦੇ ਵਿੱਚ ਲਿਖਿਆ, ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰ ਸਕੇ। ਸੱਚਮੁੱਚ ਮੇਰੇ ਮਹਾਨ ਪ੍ਰਭੂ ਜੀ, ਤੁਹਾਡਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਕਦੇ ਵੀ ਪਾਪ ਨਹੀਂ ਕਰਨਾ ਚਾਹੀਦਾ। ਮੈਂ ਪ੍ਰਾਰਥਨਾ ਕਰਦਾ ਕਿ ਪਰਮੇਸ਼ੁਰ ਇਹ ਲੋਕ ਤੁਹਾਡੇ ਬੱਚੇ ਹਨ ਔਰ ਇਹ ਤੁਹਾਡੇ ਪਵਿੱਤਰ ਬੱਚੇ ਠਹਿਰਾਏ ਜਾਣ, ਇਹਨਾਂ ਦੇ ਜੀਵਨਾਂ ਦੇ ਵਿੱਚੋਂ ਪਾਪ ਦੂਰ ਹੋ ਜਾਵੇ, ਇਹਨਾਂ ਦੇ ਬੱਚਿਆਂ ਦੇ ਵਿੱਚੋਂ ਪਾਪ ਦੂਰ ਹੋ ਜਾਏ ਯਿਸੂ ਦੇ ਨਾਮ ਦੇ ਵਿੱਚ। ਔਰ ਪਰਮੇਸ਼ੁਰ ਸੱਚਮੁੱਚ ਹਰ ਉਹ ਪਾਪ ਖੁਦਾ ਬਾਪ ਤੁਹਾਡਾ ਆਤਮਾ ਇਹਨਾਂ ਦੇ ਕੋਲੋਂ ਛੁਡਾਵੇ ਜੋ ਇਹ ਨਹੀਂ ਛੱਡ ਸਕਦੇ ਯਿਸੂ ਦੇ ਨਾਮ 'ਚ, ਕਿਉਂ ਜੋ ਪਰਮੇਸ਼ੁਰ ਸੱਚਮੁੱਚ ਤੁਹਾਡਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਹਮੇਸ਼ਾ ਪਵਿੱਤਰਤਾਈ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ, ਕਿਉਂ ਜੋ ਪ੍ਰਭੂ ਤੁਹਾਡੇ ਵਚਨ ਅਫੀਸੀਆਂ 6:13 ਦੇ ਵਿੱਚ ਲਿਖਿਆ, ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸ਼ਤਰ ਲੈ ਲਵੋ ਕਿ ਤੁਸੀਂ ਬੁਰੇ ਦਿਨਾਂ ਵਿੱਚ ਸਾਹਮਣਾ ਕਰਕੇ ਸੱਚਮੁੱਚ ਸਭੋ ਕੁਝ ਮੁਕਾ ਕੇ ਖਲੋ ਸਕੋ। ਪਰਮੇਸ਼ੁਰ ਸੱਚਮੁੱਚ ਤੁਹਾਡੇ ਪਵਿੱਤਰ ਵਚਨ ਅੱਜ ਇਹਨਾਂ ਦੇ ਅੰਦਰ ਕੰਮ ਕਰਨ, ਹਰ ਇੱਕ ਸ਼ੈਤਾਨੀ ਬੰਧਨ, ਹਰ ਇੱਕ ਜਾਦੂ ਟੂਣਾ ਇਹਨਾਂ ਦੇ ਬਿਜ਼ਨਸ ਦੇ ਵਿੱਚੋਂ, ਇਹਨਾਂ ਦੇ ਘਰਾਨਿਆਂ ਦੇ ਵਿੱਚੋਂ, ਇਹਨਾਂ ਦੇ ਜੀਵਨਾਂ ਦੇ ਵਿੱਚੋਂ ਅੱਜ ਖਤਮ ਹੋ ਜਾਏ ਯਿਸੂ ਦੇ ਨਾਮ ਦੇ ਵਿੱਚ। ਜੋ ਵੀ ਦੁਸ਼ਟ ਨੇ ਇਹਨਾਂ ਦੇ ਬਿਜ਼ਨਸ ਨੂੰ ਸੱਚਮੁੱਚ ਖਰਾਬ ਕੀਤਾ ਹੈ, ਜੋ ਵੀ ਸ਼ੈਤਾਨ ਨੇ ਇਹਨਾਂ ਦੀ ਸਿਹਤ ਨੂੰ ਖਰਾਬ ਕੀਤਾ ਹੈ, ਜੋ ਵੀ ਸ਼ੈਤਾਨ ਨੇ ਸੱਚਮੁੱਚ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਪਾਈਏ, ਮੈਂ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਅੱਜ ਹਰੇਕ ਬੰਧਨ ਨੂੰ ਤੋੜਦਾ ਵਾਂ, ਇਹਨਾਂ ਦੇ ਜੀਵਨਾਂ ਦੇ ਵਿੱਚੋਂ ਹਰ ਇੱਕ ਬੰਧਨ ਟੁੱਟ ਜਾਵੇ, ਕਿਉਂ ਜੋ ਪਰਮੇਸ਼ੁਰ ਸੱਚਮੁੱਚ ਤੁਹਾਡੇ ਵਚਨ ਜਸ਼ਾਇਆ 53:17 ਦੇ ਵਿੱਚ ਲਿਖਿਆ, ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਵ ਨੂੰ ਜੋ ਤੇਰੇ ਵਿਰੁੱਧ ਨਿਆਉਣ ਲਈ ਉੱਠੇ ਤੂੰ ਦੋਸ਼ੀ ਠਹਿਰਾਵੇਂਗੀ। ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ ਅਤੇ ਉਹਨਾਂ ਦਾ ਧਰਮ ਮੈਥੋਂ ਹੈ। ਸੱਚਮੁੱਚ ਪਰਮੇਸ਼ੁਰ ਤੁਸੀਂ ਆਪਣੇ ਬੱਚਿਆਂ ਦੇ ਵਿਰੁੱਧ ਉੱਠਣ ਵਾਲੇ ਹਰ ਇੱਕ ਹਥਿਆਰ ਨੂੰ ਨਿਕੰਮਾ ਕਰਨ ਵਾਲੇ ਪਰਮੇਸ਼ੁਰ ਜੀ, ਸੱਚਮੁੱਚ ਖੁਦਾ ਬਾਪ ਅੱਜ ਹਰੇਕ ਹਥਿਆਰ ਜੋ ਵੀ ਦੁਸ਼ਟ ਇਹਨਾਂ ਦੇ ਜੀਵਨਾਂ ਦੇ ਵਿੱਚ ਉਠਾਇਆ ਸੀ, ਖੁਦਾ ਬਾਪ ਤੁਸੀਂ ਨਿਕੰਮਿਆਂ ਕਰ ਚੁੱਕੇ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ। ਔਰ ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਤੁਹਾਡਾ ਆਤਮਾ ਅੱਜ ਇਹਨਾਂ ਨੂੰ ਆਜ਼ਾਦ ਕਰੇਗਾ ਹਰੇਕ ਜਾਦੂ ਟੋਣੇ ਤੋਂ। ਤੁਹਾਡੇ ਵਚਨ ਗਿਣਤੀ 23:23 ਦੇ ਵਿੱਚ ਲਿਖਿਆ, ਯਾਕੂਬ ਦੇ ਘਰਾਨੇ ਉੱਪਰ ਕਿਸੇ ਵੀ ਤਰ੍ਹਾਂ ਦਾ ਜਾਦੂ ਟੋਣਾ ਨਹੀਂ ਚੱਲੇਗਾ। ਸੱਚਮੁੱਚ ਅੱਜ ਤੋਂ ਇਹਨਾਂ ਦੇ ਜੀਵਨਾਂ ਦੇ ਵਿੱਚ ਜਾਦੂ ਟੋਣਾ ਨਹੀਂ ਕੰਮ ਕਰੇਗਾ, ਇਹਨਾਂ ਦੇ ਪਰਿਵਾਰ ਵਿੱਚ ਜਾਦੂ ਟੋਣਾ ਕੰਮ ਨਹੀਂ ਕਰੇਗਾ, ਕਿਉਂ ਜੋ ਪਰਮੇਸ਼ੁਰ ਤੁਹਾਡੇ ਵਚਨ Luke 10:19 ਦੇ ਵਿੱਚ ਲਿਖਿਆ, ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂਹੀਆਂ ਦੇ ਲਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਪਰਮੇਸ਼ੁਰ ਸੱਚਮੁੱਚ ਤੁਸੀਂ ਸਾਨੂੰ ਸੱਪਾਂ ਅਤੇ ਠੂਹੀਆਂ ਨੂੰ ਬਲਕਿ ਸ਼ੈਤਾਨ ਨੂੰ ਪੈਰਾਂ ਹੇਠ ਕੁਚਲਣ ਦਾ ਅਧਿਕਾਰ ਦਿੱਤਾ ਹੈ। ਅੱਜ ਮੈਂ ਉਸ ਅਧਿਕਾਰ ਦੇ ਨਾਲ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਹਰ ਇੱਕ ਸ਼ੈਤਾਨੀ ਬੰਧਨ ਨੂੰ ਕੁਚਲਦਾ ਹਾਂ, ਜੋ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਲੇਸ਼ ਨੂੰ ਖੜ੍ਹਾ ਕਰ ਰਿਹਾ ਹੈ।
ਅੱਜ ਮੈਂ ਹਰੇਕ ਸ਼ੈਤਾਨੀ ਬੰਧਨ ਨੂੰ ਤੋੜਦਾ। ਜੋ ਵੀ ਦੁਸ਼ਟ ਇਹਨਾਂ ਦੀ ਸਿਹਤ ਨੂੰ ਖਰਾਬ ਕਰ ਰਿਹਾ ਹੈ, ਮੈਂ ਹਰ ਸ਼ੈਤਾਨੀ ਬੰਧਨ ਨੂੰ ਤੋੜਦਾ। ਅੰਧਕਾਰ ਦੀਆਂ ਸ਼ਕਤੀਆਂ ਨੂੰ ਕਮਾਂਡ ਕਰਦਾ ਕਿ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਖਤਮ ਹੋ ਜਾਣ, ਯੀਸ਼ੂ ਦੇ ਨਾਮ ਦੇ ਵਿੱਚ। ਜੋ ਵੀ ਮੇਰੇ ਮਹਾਨ ਪਰਮੇਸ਼ੁਰ ਜੀ ਦੁਸ਼ਟ ਨੇ ਸੱਚਮੁੱਚ ਇਹਨਾਂ ਦੇ ਬਿਜ਼ਨਸ ਨੂੰ ਫਲੋਪ ਕੀਤਾ ਹੈ, ਖਤਮ ਕੀਤਾ ਹੈ, ਅੱਜ ਹਰੇਕ ਬੰਧਨ ਟੁੱਟ ਜਾਏ ਯੀਸ਼ੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਔਰ ਪਰਮੇਸ਼ੁਰ ਸੱਚਮੁੱਚ ਤੁਹਾਡੇ ਵਚਨ ਦੂਸਰਾ ਕਰੰਥੀਆ 3:17, ਹੁਣ ਉਹ ਪ੍ਰਭੂ ਦਾ ਆਤਮਾ ਹੈ, ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। ਪਰਮੇਸ਼ੁਰ ਸੱਚਮੁੱਚ ਇਹਨਾਂ ਦੇ ਹਿਰਦਿਆਂ ਦੇ ਅੰਦਰ ਤੁਹਾਡਾ ਆਤਮਾ ਹੈ। ਅੱਜ ਤੋਂ ਇਹ ਲੋਕ ਸ਼ੈਤਾਨ ਤੋਂ ਆਜ਼ਾਦ ਹੋ ਚੁੱਕੇ ਹਨ। ਜੋ ਲੋਕ ਅੱਜ ਆਮੀਨ ਬੋਲ ਰਹੇ ਹਨ ਜਾਂ ਆਮੀਨ ਲਿਖ ਰਹੇ ਹਨ, ਮੇਰਾ ਵਿਸ਼ਵਾਸ ਹੈ ਉਹ ਲੋਕ ਅੱਜ ਆਜ਼ਾਦ ਹੋ ਚੁੱਕੇ ਨੇ ਯੀਸ਼ੂ ਦੇ ਨਾਮ ਦੇ ਵਿੱਚ। ਉਹ ਲੋਕ ਅੱਜ ਆਜ਼ਾਦ ਹੋ ਚੁੱਕੇ ਨੇ ਯੀਸ਼ੂ ਦੇ ਨਾਮ 'ਚ। ਔਰ ਪਰਮੇਸ਼ੁਰ ਸੱਚਮੁੱਚ ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਹਨ, ਤੁਹਾਡੀ ਰਾਜ ਦੇ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹਨ, ਤੁਸੀਂ ਕਿਹਾ ਮਸੀਹ 'ਚ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਵੇਗੀ, ਇਹਨਾਂ ਦੀ ਮਿਹਨਤ ਨੂੰ ਤੁਸੀਂ ਵਿਅਰਥ ਨਹੀਂ ਜਾਣ ਦੇਵੋਗੇ, ਇਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਪ੍ਰਭੂ ਤੁਸੀਂ ਬਹੁਤ ਤਾਇਦ ਨਾਲ ਫਲ ਦੇ ਚੁੱਕੇ ਹੋ ਯੀਸ਼ੂ ਦੇ ਨਾਮ 'ਚ। ਔਰ ਜੋ ਲੋਕ ਇਸ ਪ੍ਰਾਰਥਨਾ ਦੌਰਾਨ ਆਪਣੀ ਕਮਾਈ ਦੇ ਵਿੱਚੋਂ ਬੀਜ ਨੂੰ ਦਸਵੰਧ ਨੂੰ ਪ੍ਰਭੂ ਤੁਹਾਡੇ ਰਾਜ ਲਈ ਬੀਜ ਰਹੇ ਹਨ, ਖੁਦਾ ਬਾਪ ਤੁਸੀਂ ਜਾਣਦੇ ਹੋ ਬੀਜ ਕਿਸ ਕਮਾਈ ਦੇ ਵਿੱਚੋਂ ਆਇਆ ਹੈ, ਇਹ ਬੀਜ ਕਿਸ ਹੱਥਾਂ ਨੇ ਬੀਜਿਆ ਹੈ, ਉਹਨਾਂ ਹੱਥਾਂ ਦੇ ਉੱਪਰ ਤੁਹਾਡੀ ਸਮਰਥੀ ਬਰਕਤ ਠਹਿਰ ਜਾਵੇ। ਜਿਸ ਮਨ ਦੇ ਨਾਲ ਬੀਜਿਆ ਉਸ ਮਨ ਦੇ ਅੰਦਰ ਬਹੁਤਾਇਦ ਨਾਲ ਬੁੱਧੀ ਆਵੇ। ਔਰ ਪਰਮੇਸ਼ੁਰ ਸੱਚਮੁੱਚ ਦੁਸ਼ਟ ਕਦੇ ਵੀ ਇਹਨਾਂ ਦੀ ਕਮਾਈ ਨੂੰ ਫਜ਼ੂਲ ਖਰਚੀਆਂ ਦੇ ਵਿੱਚ, ਬਿਮਾਰੀਆਂ ਦੇ ਵਿੱਚ, ਨਸ਼ਿਆਂ ਦੇ ਵਿੱਚ ਉਜਾੜ ਨਾ ਸਕੇ। ਇਸ ਬੀਜ ਦੇ ਦੌਰਾਨ ਪ੍ਰਭੂ ਤੁਹਾਡਾ ਆਤਮ ਇਹਨਾਂ ਦੇ ਲਈ ਆਕਾਸ਼ ਦੇ ਖਿੜਕੀਆਂ ਔਰ ਝਲੋਖੇ ਖੋਲ੍ਹੇ। ਸੱਚਮੁੱਚ ਇਸਾਕ ਨੇ ਜਿਸ ਸਾਲ ਬੀਜਿਆ ਉਸੇ ਸਾਲ ਫਲ ਪ੍ਰਾਪਤ ਕੀਤਾ, ਇਸ ਬੀਜ ਦਾ ਇਹ ਫਲ ਪ੍ਰਾਪਤ ਕਰ ਚੁੱਕੇ ਹਨ ਯੀਸ਼ੂ ਦੇ ਨਾਮ 'ਚ। ਔਰ ਪ੍ਰਭੂ ਜੋ ਲੋਕ ਪੜ੍ਹਾਈ ਲਈ, ਕੰਮਾਂ ਲਈ, ਘਰਾਂ ਤੋਂ ਨਿਕਲ ਰਹੇ ਹਨ, ਰਸਤਿਆਂ 'ਚ ਹਨ, ਮੈਂ ਪ੍ਰਾਰਥਨਾ ਕਰਦਾ ਤੁਹਾਡੇ ਅੱਗੇ ਕਿ ਉਹ ਸਹੀ ਸਲਾਮਤ ਆਪਣੇ ਘਰਾਂ 'ਚ ਵਾਪਸ ਆਉਣ। ਧੰਨਵਾਦ ਕਰਦੇ ਕਿ ਪਰਮੇਸ਼ੁਰ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਹਰ ਸ਼ੈਤਾਨੀ ਬੰਧਨ ਨੂੰ ਤੋੜਿਆ, ਯੀਸ਼ੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ।